ਨਾ ਕਾਦਾ ਬੰਦਾ ਥੱਲੂ ਹੀ ਲਾਈ ਕਿ ਨਾ ਕੁੱਥਾ ਉੱਪਰ ਚੜੀ ਗਏ ਪੱਕਿਆ ਟਾਇਰ ਆਪਣਾ ਲਾਈ ਹੋ ਰਿਹਾ ਹੁਣ ਦੋਆ ਟਾਇਰ ਯਾਰ ਨੂੰ ਉਹ ਚੱਕ ਲਓ ਜੀ ਸਲਾ ਜੀ ਆਦਾ ਆਦਾ ਕਿਲੋ ਇਹ ਕਿਤਨਾ ਸਾਬਰ ਹੋ ਕਿ ਨਨ ਗਏ ਆਸਾਂ ਅਖਰੋਟ 2 ਕਿਲੋ ਪਾਈ ਤੀ ਕਾਨੇ ਕਿ ਮੈਂ ਕਿੰਸਾ ਮੈਂ ਆ 2 ਕਿਲੋ ਮੈਂ ਵੀ ਕਿੰਜੁਲਾ ਮੈਂ ਗੱਠੀ ਕੋ ਚੇਰਾ ਸਲਾ ਜੀਤ ਬਲ ਸਾਰੀ ਹਲਾ ਹਾਂ ਜਿਸ ਕੋ ਸਾ ਕਿ ਚੈ ਨਹੀਂ ਆਏ ਟੈਸਟ ਕਰਨੇ ਪਿਆ ਕਨਫਰਮ ਹੋ ਗਿਆ ਅਸਲ ਹੋਈ ਆ ਤਾਂ ਫਿਰ ਸੇ ਵੀਡੀਓ ਦੱਸਾਂ ਸੋ ਮੜਾ ਰਾਬਤਾ ਕਰੇ ਇਨਸ਼ਾਅੱਲਾ ਤਾਲਾ ਜੀਤ ਸਾਈ ਸਭ ਠੀਕ ਹਲਾ ਅੱਛਾ ਹਾਂ ਇਹ ਦੇਖੋ ਜੀ ਸਲਾ ਜੀਤ ਇਹ ਪਹਾੜਾਂ ਵਿੱਚੋਂ ਨਿਕਲਣੀ ਹੈ ਉਹ ਜਿਨਾ ਜਿਨਾ ਬੰਦੇ ਨੇ ਗੋਡਿਆਂ ਗਿਟਿਆਂ ਕੀ ਦਰਦ ਹੋਣਾ ਆ ਲੱਕਾਂ ਕੀ ਦਰਦ ਹੋਣਾ ਉਹਨਾਂ ਵਾਸਤੇ ਬਹੁਤ ਜ਼ਬਰਦਸਤ ਹੈ ਦੁੱਧ ਵਿੱਚ ਇਸਤੇਮਾਲ ਕਰੋ ਦੁੱਧ ਵਿੱਚ ਇਸਤੇਮਾਲ ਕਰਨ ਵਾਸਤੇ ਬਾਏ ਬਾਏ ਪਰਾਂ ਕੀ ਚਾਹੀ ਨਹੀਂ ਹੋਈ ਮੈਂ ਪਾਈ ਤੀਕ ਨਾਲ ਰابطہ ਨੰਬਰ ਦੇਈ ਹੋਰ ਨੰਬਰ ਦੇਈ ਹੋਰ ਸਾਂ ਠੀਕ ਹੈ ਅੱਛਾ ਇਹ ਜਨਾਬ ਲੱਭ ਜੋ ਹਾਂ ਇਹ ਆਧਾ ਕਿਲੋ ਹੈ ਇਹ ਆਧਾ ਇਹ ਬਿਲਕੁਲ ਸਾਫ ਹੈ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਅਸਲਾਮ ਅਲੈਕਮ ਉਮੀਦ ਕਰਨੇ ਜਿੰਨੇ ਭੈਣ ਭਰਾ ਅਸਾਂ ਕਿ ਤੱਕਨੇ ਹੋ ਠੀਕ ਠਾਕ ਦੋਸਤੋ ਅੱਲਾਹ ਤਾਲਾ ਨੇ ਜੋ ਇਮਾਨ ਹੀ ਚੋਸੋ ਅੱਜ ਨਾ ਖੂਬਸੂਰਤ ਜਿਹਾ ਵਲੌਗ ਕਰਨੇ ਆ ਸਟਾਰਟ ਸੁਬਾ ਸੁਬਾ ਟਾਈਮ ਹੈ ਸਭ ਤੋਂ ਪਹਿਲਾਂ ਜਾਗੇ ਆ ਤਿਆਰ ਹੋਏ ਆ ਔਰ ਅੱਜ ਅਸਾਂ ਜਿਹੜੀ ਸਟੇ ਕੀਤੀ ਸੀ ਉਹ ਸੀ ਚਤਰਾਲ ਨੇ ਅੰਦਰ ਇਹ ਆਈ ਕਿ ਜੰਗ ਬਦਾਰ ਇਸ ਤਰੀਕੇ ਨਾਲ ਨਾ ਆਇਆ ਇਸ ਨਾਲ ਇੱਥੇ ਅਸਾਂ ਅੱਜ ਸਟੇ ਕੀਤੀ ਸੀ ਰਾਤੀ ਇੱਥੇ ਅਸਾਂ ਜਿੱਥੇ ਰੋਮ ਅਤੇ ਇੱਥੇ ਰਾਤੀ ਰਹੇ ਹਾਂ ਔਰ ਹੁਣ ਇੱਥੋਂ ਅਸਾਂ ਨਿਕਲ ਸਾਂ ਚਤਰਾਲ ਤੋਂ ਅੱਗੇ ਸਾਡਾ ਸਫ਼ਰ ਹੁਣ ਸ਼ੁਰੂ ਹੋ ਸੀ ਔਰ ਅਤੀਕ ਭਾਈ ਕਿਹੜੀ ਸਾਈਡ ਸਾਂ ਸਫ਼ਰ ਸ਼ੁਰੂ ਹੋ ਸੀ ਅੱਜ ਅਸਾਂ ਬੇਸਿਕਲੀ ਪਹਿਲੇ ਐਕਸਪਲੋਰ ਕਰਨਾ ਚਤਰਾਲ ਸਿਟੀ ਕੀ ਜਿਹਦੇ ਚਤਰਾਲ ਦੇ ਅੰਦਰ ਇੱਥੇ ਲੁਟਰਾ ਚੀਜ਼ਾਂ ਜਿਹੜੀਆਂ ਖਾਸ ਉਹਨਾਂ ਹੀ ਦੱਸਣੇ ਲਿਆ ਚਤਰਾਲ ਸ਼ਹਿਰ ਆ ਤਾਂ ਪਹਿਲੇ ਨਾਸ਼ਤਾ ਕਰਨੇ ਆ ਫਿਰ ਚਤਰਾਲ ਦੀ ਐਕਸਪਲੋਰ ਕਰਨੇ ਆ ਫਿਰ ਉਸ ਤੋਂ ਬਾਅਦ ਅਸਾਂ ਆਪਣਾ ਸਫ਼ਰ ਜਿਹੜਾ ਨਾ ਇੱਥੋਂ ਨਿਕਲ ਸਾਂ ਅੱਜ ਠੀਕ ਹੈ ਮੈਂ ਗੋਰਾ ਨਹੀਂ ਜਾਣਾ ਔਰ ਉੱਥੋਂ ਅੱਗੇ ਜਾਣਾ ਨਾ ਅਸਾਂ ਇਨਸ਼ਾਅੱਲਾ ਸਫ਼ਰ ਇੱਕ ਨਏ ਇਲਾਕੇ ਔਰ ਨਏ ਏਰੀਏ ਦੀ ਤਰਫ ਇਨਸ਼ਾਅੱਲਾ ਸ਼ੁਰੂ ਹੋ ਗਈ ਬਿਲਕੁਲ ਜੀ ਜਿਤਨੇ ਚੈਨਲ ਪਰ ਨਵੇਂ ਆਏ ਬਾਕੀ ਚੈਨਲ ਕੀ ਜ਼ਰੂਰ ਸਬਸਕ੍ਰਾਈਬ ਲਾਈਕ ਔਰ ਸ਼ੇਅਰ ਕਰੀ ਕਿਨੋ ਔਰ ਉਹਨਾਂ ਅਸਾਂ ਨਿਕਲਿਆ ਕਾਫੀ ਟਾਈਮ ਹੋਈ ਗਿਆ ਕਿ ਵਕਾਸ ਭਾਈ ਐਸੇ ਸੁਬਾ 10 ਵਜੇ ਜਾ ਪਾਉਂ ਨਾਸ਼ਤਾ ਦੱਸਾਂ ਮੈਂ ਅੱਜ ਜਾ ਕੇ ਟਾਈਮ ਹੋਈ ਨਹੀਂ ਦੇਣਾ ਸਕਨੇ ਕਿਉਂਕਿ ਇੱਧਰ ਤੇ ਇਹ ਭੁੱਖੀ ਆ ਰਹੀ ਹੈ ਬਹੁਤ ਪਿਆਰੀ ਹੈ ਬਾਕੀ ਉਹ ਨਿਕਲਨੇ ਆ ਚੱਲੇ ਆ ਬਣੇ ਗੱਡੀ ਤੇ ਅਸਾਂ ਇਸ ਹੋਟਲ ਦੇ ਅੰਦਰ ਸਟੇ ਕੀਤੀ ਹੈ ਔਰ ਇੱਥੇ ਰਹੇ ਆ ਰਾਤੀ ਹੁਣ ਅਸਾਂ ਗੱਡੀ ਸਟਾਰਟ ਕੀਤੀ ਹੈ ਨਿਕਲ ਆਇਆ ਔਰ ਇੱਧਰ ਦਰਖਤ ਨਜ਼ਰ ਆਇਆ ਚਰੀਨਾ ਹਾਂਜੀ ਅਤੀਕ ਭਾਈ ਪੱਕੀ ਹੈ ਕੱਚੀ ਹੈ ਕਿਆ ਸੀਨ ਹੈ ਇਹ ਭਾਈ ਜੀ 80% ਪੱਕੀ ਹੈ 80% ਹਾਂ 90% ਕੀ ਨਹੀਂ ਪੱਕੀ 90% ਪੱਕੀ ਨਾ ਹੁਣ ਤੋਂ ਪਾ ਪੈਣੀਆਂ ਨਾ ਐ ਤੇ ਕੋ ਜੀ ਤੱਕ ਕੋ ਜੀ ਚਰੀ ਜੀ ਚਰੀ 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 ਵਕਿਆ ਥੋੜੀ ਜੀ ਜਿਹੜੀ ਹੈ ਨਾ ਆਲੇ ਫੱਲੇ ਆ ਕਾਫੀ ਹੈ ਬੜੇ ਸੋਹਣੇ ਨਾ ਕਾਦਾ ਬੰਦਾ ਥੱਲੂ ਹੀ ਲਾਈ ਕਿ ਨਾ ਕੁੱਥਾ ਉੱਪਰ ਚੜੀ ਗਏ ਪੱਕੀ ਆਲਾ ਜੀ ਮਾਸ਼ਾਅੱਲਾ ਮਾਸ਼ਾਅੱਲਾ ਲੋ ਚੈੱਕ ਕਰਨੇ ਹੋ ਕਿਤਨੇ ਪੱਕੇ ਦਾਣੇ ਨਾ ਓਏ ਹੋਏ 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 ਐ ਪੂ ਮਜ਼ੇ ਨਹੀਂ ਹੈ ਨਾ ਇਹ ਵੀ ਸਾਫ਼ ਸੁਥਰੀਆਂ ਜੀ ਤੁਸੀਂ ਦੱਸਣਿਆ ਨਾਸ਼ਤਾ ਦਾ ਸਾਡਾ ਤਿਆਰ ਹੋਈ ਤਾ ਆਈਆ ਮਾਸ਼ਾਅੱਲਾ ਹੁਣ ਨਾਸ਼ਤਾ ਕਰਨੇ ਆ ਫਿਰ ਨਿਕਲੇ ਆ ਗੈਸ ਵੀ ਦੱਸਣੇ ਆ ਜੀ ਚਤਰਾਲ ਆਈ ਗਏ ਹਾਂ ਹਾਂਜੀ ਵਿਕਾਸ ਬਾਈ ਕਿਹੜੀ ਜਗ੍ਹਾ ਆਈ ਗਏ ਹਾਂ ਮਿਊਜ਼ੀਅਮ ਵਿੱਚ ਜੁਲੇ ਹਾਂ ਮਿਊਜ਼ੀਅਮ ਨਾਲ ਵਿਜ਼ਿਟ ਕਰਨੇ ਆ ਬਹੁਤ ਵੀ ਸਾ ਉਹ ਵੀ ਅੱਜ ਬੰਦ ਆ ਫਰਾਈਡੇ ਸੈਚਰਡੇ ਸੰਡੇ ਹਾਲੀ ਓਪਨ ਹੋਗਾ ਹਾਲਾ ਉਹ ਤਾਂ ਲਾਈਕ ਕੈਂਪ ਕੈਨਸਲ ਹੋ ਗਿਆ ਤੇ ਜਨਰਲ ਇੱਥੇ ਵੀ ਕਲਾਸ ਸੀਨ ਹਾਂ ਕਲਾਸੀ ਕਲਚਰ ਦੱਸਨੇ ਨਾ ਹਾਂ ਹਾਂ ਚਤਰਾਲ ਨਾਲ ਸਾਇਆ ਨਾ ਆ ਵੈਰੀ ਗੁੱਡ ਐਫ ਕਲਾਸੀ ਕਲਚਰ ਯਾਰ ਨਾ ਉਹ ਇੱਥੇ ਜਨਾਬ ਇਹ ਸਭ ਕੁਝ ਬੰਦ ਹੀ ਹੈ ਚਤਰਾਲ ਮਿਊਜ਼ੀਅਮ ਹੀ ਬੰਦ ਹੈ ਜੀ ਇਹ ਤੱਕ ਨੇ ਅਸੋ ਲੁਕਾਟ ਨਾ ਦਰਖਤ ਔਰ ਕਿਤਨੇ ਰਹਿਦਾ ਇਸ ਨੇ ਨਾ ਲੁਕਾਟ ਲਗੇ ਹੋਏ ਅੰਦਰੂ ਤਾਂ ਬੰਦ ਕੀਤੇ ਆ ਇਹ ਦਰਖਤ ਪਤਾ ਨਹੀਂ ਕਿਸ ਨੇ ਬਹੁਤ ਬੜੇ ਬੜੇ ਪੈਤੀ ਕੀ ਗੁੱਸਾ ਹੋ ਗਿਆ ਆਨੇ ਸਮ ਮਿਊਜ਼ੀਅਮ ਕੀ ਬੰਦ ਹੈ ਜੀ ਬਾਹਰੋਂ ਸੰਗ ਵਿਜ਼ਿਟ ਕਰਾਣੇ ਆ ਚਤਰਾਲ ਮਿਊਜ਼ੀਅਮ ਕਾ ਦਿਲਤਾ ਜੀ ਚਤਰਾਲ ਮਿਊਜ਼ੀਅਮ ਕਾ ਆਗਾਜ਼ 1980 ਮੈਂ ਚਤਰਾਲ ਕੇ ਡਿਪਟੀ ਕਮਿਸ਼ਨ ਜਨਾਬ ਸ਼ਕੀਰ ਨੇ ਕੀਆ ਹੈ ਇਹ ਤਾਂ ਕੁਝ ਜੀ ਚਤਰਾਲੀ ਜਿਹੜੇ ਡਰੈਸ ਹਨ ਚਤਰਾਲੀ ਡਰੈਸ ਤਾਂ ਕਿਹਨੇ ਪਸੰਦ ਆਏ ਇਹ ਚਤਰਾਲੀ ਡਰੈਸ ਨੇ ਸ਼ਾਦੀਆਂ ਸ਼ਾਦੀਆਂ ਨੇ ਸਾਰੀ ਸ਼ਲਖਾਂ ਨਹੀਂ ਹੋਣੀਆਂ ਇਹਨਾਂ ਨੇ ਸ਼ਾਦੀਆਂ ਨਹੀਂ ਇਹ ਜੇ ਡਰੈਸ ਹੋਣੇ ਬਿਲਕੁਲ ਬਿਲਕੁਲ ਜੈਕਟਾਂ ਚੈੱਕ ਕਰੋ ਟੱਪੀਆਂ ਚੈੱਕ ਕਰੋ ਤਾਂ ਕਲਾਸ਼ੀ ਡਰੈਸ ਤਾਂ ਆ ਰਹੇ ਨੇ ਮੁੜਿਆ ਨੇ ਇਸ ਤਰੀਕੇ ਨੇ ਪੱਟੀਆਂ ਜਿਹੀਆਂ ਪਈਆਂ ਹੋਣੀਆਂ ਜਿਸ ਤਰ੍ਹਾਂ ਸਾਨੂੰ ਬੱਕਰੀ ਹਾਂ ਬਿਲਕੁਲ ਬਿਲਕੁਲ ਇਸ ਤਰ੍ਹਾਂ ਨਾ ਪਾਏਗਾ ਬਾਕੀ ਨਾ ਸਾਰਾ ਕੁਝ ਕਿਤੇ ਬੰਦ ਹੈ ਅੰਦਰ ਜਿੱਲੀ ਬੰਦਾ ਕਹਿੰਦਾ ਇਹ ਤਾਲਾ ਖੁੱਲੇ ਆ ਨਾ ਯਾਰ ਤਾਲਾ ਖੁੱਲੇ ਆ
बिल्कुल जी तुम दसने के अस चित्राल तू वापस और चित्राल तू वापस निकली आए सारा सफर हूं गहरा शुरू होती कड़ी साइड गिलगित रास्ते चढ़ाइया काफी सन रोड खराब सन गड्डी थोड़ी हिट अप करनी भी सी बेहतर है कि थोड़ा पानी शानी ना ठंडा मारी गई ना क्योंकि गड्डी थोड़ी हुई कि ना ठंडी ठार ये गल है कि नहीं बाकी चप्पलों तो मैं लाई ओड़ी पानी सी इतना दे ठंडा मैं कोई नहीं कर लेते। एक मिनट इधर पाइप लगा के देगा। हाँ हाँ तो की गड्डी कोल की उठो कोल ना पानी मारी की ना जनाब थक लाने ना जो थक लाने मलू क्लोज है उथा पानी ज्यादा है ना जनाब मैं उ बोतल भरी से कुछ की कपी उड़ी ने वाह जी वाह देसी गिलास उतो जबरदस्त है पानी बहुत ठंडा है नाल कि होना यह जी टनर है ये पाकिस्तान सब तो बड़ा टनर है इस 10 किलोमीटर लंबा और इसने अंदर जल्द गड्डी बननी है यकीन करो इतनी ठंडक है ना कि सर्दी बंदे की फील होनी है सही बहुत ही प्यारी है ठंडी ठार है पानी बहुत ठंडा नहीं लगना हकीकत है मैं अगे चेक किया ना बहुत ठंडा माशाल्लाह थैंक यू सो मच जनाब भाई आए तक बाल्टी के नहीं आए तो ओहो हो मनु बर्फू च लाई उड़ सोता है वो इंजन कि मार आ लें ठंडी समझो कि हो गई है पखे पानी लगे ना हूं कूलिंग करती पानी शानी मारी रहे तकने एक जना मगे जुड़े आया दूसरे जने देसी मगा बनाया आया थल असली टायर गया फटी विकास भाई बच्चों में क्या आया टायर फटी गया टायर फटी गया असली गर्म होया सफर ही काफी ज्यादा सी इस वजह बटा लगा टायर फटी गया हूं अगर टायर फटिया बंदा परेशान होना ये यकीन करो हसने में टस चुम्मा देनी टायर है तो गया फटी हूँ अस टायर चुपनी पिछे पे है समान कटने जी चुपनी चेक कटिया ने समान बहर कटिया जनाब स्टोपनी है तो बाहर कटो पहले इसने भरने हवा ऑन किया नहीं आवाज उन्नी भी है जी जी 35 किलोमीटर होने पता और देने टायर अपना लाई ओड़िया हम दुआ टायर जरा और 400 गड्डी अस जी इस एरिए पुजे हाँ साड़ी गड्डी का टायर क्या फटी टायर अस गड्डी में चेंज किया तो कहीं अस कितने खूबसूरत पहाड़ कितने खूबसूरत दरख्त
मौसम यकीन करो इतनी ठंडी ठंडी हवा चलनी पी है, बहुत ही मज़े नहीं। नीचे तकने सो बाड़ियाँ ज़मीन कितनी ही प्यारियाँ माशाल्लाह, और इस साइड नीचे कच्चे मकान कितने प्यारे लगने पे, और वो नीचे जी ना मस्जिद है नीचे जी नज़र च नहीं पी असों की मस्जिद है माशाल्लाह, बहुत ही प्यारा इलाका। ये दियार ने दरख्त से नज़र च नहीं असन, बड़े बड़े दरख्त सब दियार ने, बहुत ही महंगे दरख्त हैं। और इस अलावा ये साइड अगर सो तको ना माशाल्लाह बहुत ही प्यारा एरिया, देखो कितना प्यारा इलाका माशाल्लाह, पहाड़ इधर कितने पानी जमीन इन्हें लोगों ने तकने सो कितनी प्यारियाँ। ये वापस देर पुजे उत्थे तकने सो ड्राई फ्रूट अखरोट जरा ना इतना आई काफ़ी बता है, बाकी साइड की ड्राई फ्रूट तो जी इतनी जी चीज़ होनी असें पता इन्होंने इलाके सलाजीत। हाँ जी तुस समझने असल है नकल है अला पता चला चरसी है हकीकत है जोले हाँ मैं भी इंसान विकास चाहिए नहीं जी क्योंकि चंगी होनी है जबरदस्त है अला बेहतरीन है किन्ने तो सलाजीत भी बाकी घर वास्ते अखरोट भी किन्ने ये बिल्कुल साफ ये तरीके नहीं और ये के इतने तो डबियां जो दूध में डाले के मिक्स कर दो ठीक है, दूध में डाले के चने के दाने के हां चने के दाने के مقدار में नहीं वो वैसे कहते हैं ना कि चने के दाने का ज्यादा हो जाता है, बहुत कहते हैं कि ज्यादा हो जाता है थोड़ा कम, वो ज्यादा नहीं होता लेकिन थोड़ा ज्यादा होता है फिर मसाला नहीं है। इसमें पत्थर वगैरह तो नहीं है ना, मिट्टी वगैरह पत्थर तो इसमें नहीं है लेकिन पत्थर है तो फिर वो दूध नहीं है उसमें नीचे पड़ता है, नीचे बैठ जाता है। हाँ नीचे बैठता है नहीं है इसमें तो जी साला जी किस चीज़ का आधा आधा किलो है कितना ये सारा, सारा कितने का होगा ये वाला ये तो सारा तो को कितने में साबरों की नन्हे यहाँ सा अखरोट दो किलो पाई थी खाने के मैं किंसान मैं यहाँ दो किलो मैं भी किंजु ना मैं गठी को नहीं ना सारा जीत बोल सारी हाला हाँ जिसको सर की चाय नहीं है टेस्ट करने पे आप कंफर्म हो गया असल हो गया तो फिर से वीडियो तो सौ सौ बड़ा रहता करें इंशाल्लाह तला जीत सब हाला ठीक है जी इंशाल्लाह जरूर ये तो कुछ सला जीत ये पहाड़ों में निकलनी है जिन्हें बंदे ने गोडिया गिटिया की दर्द होना या लक्के की दर्द होना उन्होंने बहुत जबरदस्त है दुद्ध विच इस्तेमाल करो इस्तेमाल करने वास्ते भाई जी एक नंबर है इतनी लंबी एक नंबर होनी है हाँ एक नंबर है ठीक है ना एक नंबर है जिन्हें भैन भ्राओं की चाहिए नहीं हुई तो मैं भाई तीक ना रब नंबर दे और नंबर दे और सा ठीक है अच्छा ये जनाब लग जाए ना ये आधा किलो है ये आधा ये बिल्कुल साफ है चापे पर असा के दा कोई ड्राई फ्रूट और सलाजीत खास कर से बताई ना इलाके में बड़ी फेमस है और सलाजीत ही थुलबनी है अच्छी वो असा के दी है तो गड़ी नहीं खोलने हैं डिग्गी रखने हैं विच देखो जनाब ये क्या रहें जो ये खासा ना बाकी अखरोट है सारा कुछ होगा गुड हो गया हूँ इतों निकलने वाला याद करी तक यह जी देर सिटी जिते पिछली रात भी असा इस पिछली रात उस तो पिछली रात स्टे भी किया अस जी काफ़ी सफर करी तो रास्ते बच्चे आए एक जगह रुके हैं इतों असा हाँ पीने चाह और भी कोई ढा दसे नहीं लाल बर्गर खाने पीने फिर निकलने बिल्कुल जी सारे की दसने जंगलोट तो अगर निकलो थोड़ी चीज एक पहाड़ी इशनी है इतना काफ़ी ज्यादा जो ना तकने सो के बंदे आए हुए अगर सामने की नज़र अच्छा पाया यह देखो पहाड़ी पर फोटो वीडियो बनाने पे बहुत ही प्यारा व्यू है माशाल्लाह और ये जी काफ़ी ज़्यादा सेहत असर खराब हुई जी 26-27 घंटे ने लगातार किया सफर और ये जी पहले वाली वीडियो उस बस नवें ब्लॉग ने बिल्कुल को नहीं होश ब्लॉग इंशाल्लाह दूसरा अगले दिन ही इंशाल्लाह कोशिश करता बनासा स्कर्दू वाला और इंशाल्लाह अपलोड कर